ਹਾਂਜੀ ਦੋਸਤੋ, ਮੈਂ ਹਾਂ ਫਿਰ ਆ ਗਿਆ ਤੁਹਾਡੇ ਲਾਈਵ ਹੋਣ ਵਾਸਤੇ। ਤੁਹਾਨੂੰ ਉੱਪਰ ਦੇ ਨਜ਼ਾਰੇ ਦਿਖਾਉਣਾ, ਬੱਦਲ ਦੇ ਉੱਪਰ ਹਾਂ, ਬੱਦਲ ਦੇ ਉੱਪਰ ਤੁਹਾਨੂੰ ਅੰਦਰ ਦੇ ਬਾਹਰ ਦੇ ਨਜ਼ਾਰੇ ਦਿਖਾਉਣਾ ਜਿਹਦਾ ਬਰਫ਼ ਜੰਮੀ ਹੁੰਦੀ ਹੈ। ਅਤੇ ਆ ਜਾਓ, ਲੱਗ ਰਿਹਾ ਵਿਊ ਤੁਹਾਨੂੰ ਹੈ ਨਾ ਗੱਲਬਾਤ, ਨਜ਼ਾਰੇ ਅਤੇ ਫਿਰ ਹੈ ਵਿਸਤਾਰ। ਜਿੱਦਾਂ ਬੱਦਲਾਂ ਦੇ ਉੱਪਰ ਬਰਫ਼ ਜੰਮੀ ਹੁੰਦੀ, ਬੱਦਲਾਂ ਦੇ ਬਿਲਕੁਲ ਉੱਪਰ ਆਪਾਂ ਲੱਗ ਰਿਹਾ ਜੀ। ਬਿਲਕੁਲ ਮੈਨੂੰ ਵਿੰਡੋ ਵਾਲੀ ਇੱਕ ਨਾ ਸੀਟ ਮਿਲੀ ਹੈ, ਸੀਟ ਨੰਬਰ ਹੈਗਾ 8A, ਯਾਨੀ ਕਿ 8A, ਅਤੇ ਤੁਹਾਨੂੰ ਦਿਖ ਰਿਹਾ ਹੋਣਾ ਕਿੰਨਾ ਵਿਊ। ਮੈਨੂੰ ਲੱਗਦਾ ਕਿ ਜਿਹੜੇ ਇਹ ਬੱਦਲ ਪਹਾੜ ਦਿਖ ਰਹੇ ਨੇ, ਇੱਥੇ ਹੀ ਦੇਵੀ ਦੇਵਤਾ ਰਹਿੰਦੇ ਹੋਣਗੇ ਜ਼ਰੂਰ, ਕਿਉਂਕਿ ਹਰੇਕ ਦਾ ਇੱਕ ਬਣਿਆ ਹੋਇਆ ਸਿਸਟਮ, ਬਾਕੀ ਇਹ ਵਿਧੀ ਦੇ ਵਿਧਾਨ ਹੈ, ਇਹ ਉਹਨਾਂ ਦੀਆਂ ਕਿ ਰਚਨਾਵਾਂ, ਅਸੀਂ ਕੁਛ ਨਹੀਂ ਕਰ ਸਕਦੇ। ਆਹ ਦੇਖੋ, ਤਾਰਾ ਦੀ ਐਡ ਕਿਉਂ ਦਿਖਾਉਂਦੇ, ਇਹਦੇ ਅੰਦਰ ਬੜਾ ਕੁਛ ਹੈ। ਦੇਖੋ, ਮੈਂ ਹੁਣ ਤੁਹਾਨੂੰ ਦਿਖਾਉਂਦਾ ਕਿ ਤੁਹਾਨੂੰ ਇਹਦੇ ਅੰਦਰ ਚੈੱਕ ਕਰਨ ਵਾਸਤੇ ਦੱਸਿਆ ਜਾਏਗਾ ਵੀ ਤੁਸੀਂ ਕੀ ਮਤਲਬ ਕਿੱਦਾਂ ਕਿੱਦਾਂ ਕਰਨਾ ਹੈ ਨਾ ਜੀ, ਫੇਸ ਤੁਹਾਡੀ ਸੇਫਟੀ ਵਾਸਤੇ। ਔਰ ਇਹਦੇ ਅੰਦਰ ਇੱਕ ਫਿਰ ਮੈਗਜ਼ੀਨ ਮਿਲਦੀ ਹੈ ਪੜ੍ਹਨ ਵਾਸਤੇ, ਅਤੇ ਇਸ ਮੈਗਜ਼ੀਨ ਜਦੋਂ ਤੁਸੀਂ ਪੜ੍ਹੋਗੇ ਇਹਦੇ ਅੰਦਰ ਬੜਾ ਕੁਛ ਮਿਲੇਗਾ ਤੁਹਾਨੂੰ, ਪੂਰੇ ਵਰਲਡ ਦਾ ਹਰੇਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ। ਔਰ ਉਸ ਤੋਂ ਬਾਅਦ ਤੁਸੀਂ ਜਦੋਂ ਇੱਥੇ ਬੈਠੋ ਇਹਦੇ ਅੰਦਰ, ਅਤੇ ਤੁਸੀਂ ਵਾਈਫਾਈ ਕਰਕੇ, ਤੁਸੀਂ ਮਤਲਬ ਸਕੈਨ ਕੋਡ ਕਰਕੇ, ਅਤੇ ਬੜਾ ਕੁਛ TV ਵਗੈਰਾ ਜਾਂ ਕੁਛ ਵੀ ਤੁਸੀਂ ਲੈ ਸਕਦੇ ਹੋ, ਮਤਲਬ ਸਰਵਿਸ ਦਾ, ਮਤਲਬ ਜਿਹਨੂੰ ਇਹ ਦਾ ਬੈਸਟ ਤੋਂ ਵੀ ਮੈਂ ਬੈਸਟ ਕਿੰਨਾ ਦੇਣਾ ਚਾਹੂੰਗਾ। ਇੱਕ ਮਿੰਟ, ਮੈਂ ਕਾਰਡ ਗਿਰ ਗਿਆ ਉਹਦੇ ਨਾਲ, ਹਾਂ ਅਤੇ ਤੁਹਾਨੂੰ ਮੈਂ ਦਿੰਦਾ ਇੱਕ ਮਿੰਟ ਰੁਕੋ, ਵੇਟ ਕਰੋ। ਅਤੇ ਨਜ਼ਾਰੇ ਤੁਹਾਨੂੰ ਦਿਖਾਈ ਦੇ ਰਿਹਾ, ਇਹ ਐਡ ਕਿਸੇ ਕੇ ਦਿਖਾ ਰਿਹਾ ਕਿ ਮੈਂ ਸ਼ਾਇਦ ਦੂਜੀ ਤੀਜੀ ਵਾਰੀ ਇਹਦੇ 'ਚ ਜਾ ਰਿਹਾ ਫਲਾਈਟ 'ਚ, ਮੈਨੂੰ ਬਹੁਤ ਸਰਵਿਸ ਵਧੀਆ ਲੱਗੀ, ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਇਸੇ ਫਲਾਈਟ 'ਚ ਜਾਵਾਂ। ਗੋ ਵੀ ਆਪਣੀ ਜਗ੍ਹਾ ਬਹੁਤ ਵਧੀਆ, ਇੰਡੀਕਾ ਗੋ ਵੀ ਬੈਟਰ ਹੈ, ਕਿਉਂਕਿ ਆਪਣੀ ਆਪਣੀ ਚੋਇਸ ਦੀ ਗੱਲ ਹੁੰਦੀ ਹੈ, ਬਹੁਤ ਫਲਾਈਟ ਹੈ ਆਪਣੇ ਇੰਡੀਆ ਦੇ ਅੰਦਰ, ਤੁਸੀਂ ਵੀ ਕਿਧਰੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਆਪਣੀ ਫਲਾਈਟ 'ਤੇ, ਲੇਕਿਨ ਮੈਨੂੰ ਹਜੇ ਫਿਲਹਾਲ ਮੇਰਾ ਤੀਜਾ ਚੌਥਾ ਕਿ ਨਾ ਇਹਦੇ 'ਤੇ ਹੋ ਗਿਆ ਸਫ਼ਰ,
ਆਸ਼ਾ ਕਰਦਾ ਹਾਂ ਕਿ ਤੁਸੀਂ ਜਦੋਂ ਵੀ ਆਓ ਇਸ ਫਲਾਈਟ ਦੇ ਉੱਪਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਮੁੜਾਂਗਾ ਅਤੇ ਨਜ਼ਾਰੇ ਲਵੋ ਫਲਾਈਟ ਦੇ ਅਤੇ ਮੈਂ ਤੁਹਾਨੂੰ ਬੱਦਲਾਂ ਦੇ ਵੀ ਨਜ਼ਾਰੇ ਦਿਖਾ ਰਿਹਾ ਆਪਾਂ ਇਸ ਟਾਈਮ ਹੈਗੇ ਬੱਦਲਾਂ ਦੇ ਉੱਪਰ ਮਤਲਬ ਪੰਜਾਬੀ 'ਚ ਆਪਾਂ ਕਹਿ ਸਕਦੇ ਕਿ ਆਸਮਾਨ ਨੀਲੇ ਨੀਲੇ ਗਗਨ ਪੇ ਹੈ ਨਾ ਅਤੇ ਬੱਦਲ ਇੰਨੇ ਪਿਆਰੇ ਲੱਗ ਰਹੇ ਮੈਂ ਤੁਹਾਨੂੰ ਇੱਕ ਵਾਰੀ ਵਿਊ ਦਿਖਾ ਦਾਂ ਇਹ ਕਰਦੇ ਆਪਾਂ ਗੱਲ ਹੈ ਨਾ ਦੋਸਤੋ ਇੱਕ ਵਾਰੀ ਬਾਹਰ ਦਾ ਨਜ਼ਾਰਾ ਦਿਖਾ ਕੇ ਤੁਹਾਨੂੰ ਮੈਂ ਵੀਡੀਓ ਸਟੋਪ ਕਰਾਂਗਾ ਅਤੇ ਪਾਉਣ ਵਾਸਤੇ ਅਗਲੀ ਸਵਾਲ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ।